ਵਾਜੀਕਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੀ ਮੀਟਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿਖੇ ਹੋਈ। ਇਸ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਵੱਖ-ਵੱਖ ਮੁੱਦਿਆਂ 'ਤੇ ਚਰਚਾਵਾਂ ਕੀਤੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਲੈ ਕੇ ਜੋ ਮੰਦਭਾਗੀ ਚਰਚਾ ਚੱਲ ਰਹੀ ਹੈ, ਇਸ ਨਾਲ ਸਿੱਖ ਸੰਗਤ ਨੂੰ ਕਾਫ਼ੀ ਠੇਸ ਪਹੁੰਚੀ ਹੈ, ਉਸ ਦੇ ਲਈ ਮੈਂ ਖਿਮਾ ਦਾ ਜਾਚਕਾਂ। ਉਹਨੇ ਕਿਹਾ ਕਿ ਪਰ ਜਾਤ ਦੇ ਵਿੱਚ ਇਹ ਸਾਹਮਣੇ ਆਇਆ ਕਿ ਆਪਣੇ ਨਿੱਜੀ ਹਿੱਤਾਂ ਦਾ ਚੱਲਦਾ ਬੇਨਿਜ਼ਮੀਆਂ ਕਰਦੇ ਪਾਵਨ ਸਰੂਪ ਦੇ ਮੌਕੇ ਰਿਕਾਰਡ ਦਰਜ ਨਹੀਂ ਕੀਤਾ ਗਿਆ ਅਤੇ ਸਰੂਪਾਂ ਦੀ ਭੇਟਾ ਦੀ ਰਕਮ ਵੀ ਜਮ੍ਹਾਂ ਨਹੀਂ ਕਰਵਾਈ ਗਈ। ਇਸ ਦੇ ਚੱਲਦਿਆਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੀ ਮੀਟਿੰਗ ਕੀਤੀ ਗਈ ਹੈ ਔਰ ਜਿਹਦੇ ਵਿੱਚ ਬਹੁਤ ਅਹਿਮ ਫੈਸਲੇ ਜਿਹੜੇ ਨੇ ਉਹ ਲਏ ਗਏ ਨੇ। ਜਿਸ ਤਰ੍ਹਾਂ 28 ਸਤੰਬਰ ਨੂੰ ਜੋ ਬਜਟ ਅਜਲਾਸ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਅਸੀਂ ਪਾਸ ਨਹੀਂ ਕਰ ਸਕੇ, ਹਰ 3 ਮਹੀਨਿਆਂ ਦੇ ਬਾਅਦ ਖਰਚੇ ਦੇ ਜਿਹੜੇ ਅਸੀਂ ਪਾਸ ਕਰਦੇ ਸੀ ਉਹ ਸਰਕਾਰ ਤੋਂ ਮਨਜ਼ੂਰੀ ਲੈ ਕੇ ਜਿਹੜਾ ਅਸੀਂ ਬਜਟ ਅਜਲਾਸ ਜਿਹੜਾ 28 ਸਤੰਬਰ ਨੂੰ ਕਰਾਂਗੇ। ਇਸੇ ਤਰ੍ਹਾਂ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਕਰਮਚਾਰੀਆਂ ਵੱਲੋਂ ਬੇਨਿਜ਼ਮੀਆਂ ਅਤੇ ਗੈਰ ਜ਼ਿੰਮੇਵਾਰਾਨਾ ਢੰਗ ਨਾਲ ਡਿਊਟੀਆਂ ਕੀਤੀਆਂ ਗਈਆਂ, ਜਿਸ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿੰਤਾਜਨਕ ਹਾਲਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਸੰਬੰਧੀ ਰਿਕਾਰਡ ਵਿੱਚ ਵਾਧੇ ਘਾਟੇ ਦੇ ਕਾਰਨ ਮੰਦਭਾਗੀ ਚਰਚਾ ਜਿਹੜੀ ਹੈ ਉਹ ਚੱਲ ਰਹੀ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਇਸ ਦੇ ਕਾਰਨ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਮਨ ਨੂੰ ਬੜੀ ਭਾਰੀ ਠੇਸ ਪਹੁੰਚੀ ਹੈ, ਜਿਸ ਲਈ ਮੈਂ ਜਾਤੀ ਤੌਰ 'ਤੇ ਨਿਮਰਤਾ ਸਹਿਤ ਸਮੁੱਚੀਆਂ ਸਿੰਘ ਸੰਗਤਾਂ ਤੋਂ ਖਿਮਾ ਦਾ ਜਾਚਕਾਂ। ਮੈਂ ਸਮੂਹ ਸਿੱਖ ਸੰਗਤਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਇਸ ਸਮੇਂ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਾ ਗਾਇਬ ਹੋਇਆ, ਨਾ ਹੀ ਕਿਸੇ ਤਰ੍ਹਾਂ ਦੀ ਕੋਈ ਬੇਅਦਬੀ ਹੋਈ ਹੈ। ਕੇਵਲ ਕੁਝ ਸੰਬੰਧਿਤ ਕਰਮਚਾਰੀਆਂ ਵੱਲੋਂ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੰਗਤਾਂ ਨੂੰ ਦੇ ਦਿੱਤੇ ਜਾਂਦੇ ਰਹੇ ਉਹ ਲਾਲਚ ਬਸ ਉਸਦੀ ਭੇਟਾ ਜਮ੍ਹਾਂ ਨਹੀਂ ਕਰਵਾਈ ਗਈ ਅਤੇ ਉਸਨੂੰ ਰਿਕਾਰਡ ਵਿੱਚ ਦਰਜ ਨਹੀਂ ਕੀਤਾ ਗਿਆ, ਸਗੋਂ ਆਪਣੇ ਨਿੱਜੀ ਹਿੱਤਾਂ ਲਈ ਵਰਤਦੇ ਰਹੇ, ਜਿਹਦਾ ਜ਼ਿਕਰ ਜਾਂਚ ਕਮਿਸ਼ਨ ਦੀ ਰਿਪੋਰਟ ਵਿੱਚ ਵੀ ਸਾਹਮਣੇ ਆਇਆ, ਜੋ ਕਿ ਉਹ ਰਿਪੋਰਟ ਵਿੱਚ ਦਰਜ ਹੈ। ਮੈਂ ਸੰਗਤਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਉਦੇਸ਼ ਨੂੰ ਮੁੱਖ ਰੱਖ ਕੇ ਹੋਂਦ ਵਿੱਚ ਆਈ ਸੀ ਉਸ ਸੋਚ 'ਤੇ ਪਹਿਰਾ ਦਿੰਦਿਆਂ ਬੇਨਿਜ਼ਮੀਆਂ ਕਰਨ ਵਾਲੇ ਕਰਮਚਾਰੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਐਕਟ ਅਧੀਨ ਅਦਾਰੇ ਵਿੱਚ ਰਹਿੰਦਿਆਂ ਪੰਥਕ ਪਰੰਪਰਾਵਾਂ ਅਤੇ ਰਵਾਇਤਾਂ ਦੇ ਅਨੁਕੂਲ ਸਖ਼ਤ ਸਜ਼ਾ ਦੇਵਾਂਗੇ ਅਤੇ ਯਕੀਨੀ ਬਣਾਵਾਂਗੇ ਕੋਈ ਵੀ ਕਰਮਚਾਰੀ ਅੱਗੇ ਤੋਂ ਇਹੋ ਜਿਹੀ ਜ਼ਰੂਰਤ ਨਾ ਕਰ ਸਕੇ। ਕਿ ਅੰਤਰ ਕਮੇਟੀ ਇਸ ਗੱਲ ਦੀ ਧਾਰਨੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਦੇ ਕੰਮਕਾਜ ਵਿੱਚ ਕਿਸੇ ਨੂੰ ਵੀ ਦਾਖਲ ਦੀ ਆਗਿਆ ਨਹੀਂ ਦਿੰਦੀ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਅਜਾਜ਼ ਹਸਤੀ ਹੈ ਅਤੇ ਆਪਣੇ ਆਪ ਵਿੱਚ ਫੈਸਲੇ ਲੈਣ ਦੇ ਸਮਰੱਥ ਹੈ। ਇਸ ਵਰਤਾਰੇ ਕਾਰਨ ਖਾਲਸਾ ਪੰਥ ਨੂੰ ਪੀੜਾਂ ਵਿੱਚੋਂ ਗੁਜ਼ਰਨਾ ਪੈ ਰਿਹਾ। ਅਸੀਂ ਇਸ ਪੀੜਾਂ ਨੂੰ ਮਹਿਸੂਸ ਕਰਦੇ ਹੋਏ ਬਹੁਤ ਸਾਰੇ ਵਿਦਵਾਨਾਂ, ਮਹਾਂਪੁਰਖਾਂ, ਧਾਰਮਿਕ ਜਥੇਬੰਦੀਆਂ ਅਤੇ ਕਮੇਟੀਆਂ ਵੱਲੋਂ ਦਿੱਤੇ ਵਿਚਾਰਾਂ ਨੂੰ ਅਮਲ ਵਿੱਚ ਲਿਆਉਣ ਦਾ ਪੁਰਜ਼ੋਰ ਯਤਨ ਕਰਾਂਗੇ। ਅੱਜ ਡਾਕਟਰ ਈਸ਼ਰ ਸਿੰਘ ਦੀ ਜਾਂਚ ਕਮਿਸ਼ਨ ਦੀ ਰਿਪੋਰਟ ਜੀ ਔਰ ਜਨਤਕ ਕਰ ਦਿੱਤੀ ਗਈ ਹੈ ਤਾਂ ਜੋ ਸਿੱਖ ਸੰਗਤਾਂ ਤੱਕ ਪੂਰੀ ਸੱਚਾਈ ਪਹੁੰਚ ਸਕੇ। ਇਹ ਜਾਂਚ ਰਿਪੋਰਟ SGPC ਦੇ ਵੈਬਸਾਈਟ 'ਤੇ ਵੀ ਪਾ ਦਿੱਤੀ ਜਾਵੇਗੀ। ਸਾਨੂੰ ਅਫਸੋਸ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਕੁਝ ਜਥੇਬੰਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਨਾਜ਼ੁਕ ਮਾਮਲੇ 'ਤੇ ਨੀਵੇਂ ਪੱਧਰ ਦੀ ਸਿਆਸਤ ਕਰ ਰਹੀਆਂ ਨੇ। ਅਸੀਂ ਯਕੀਨ ਦਿਵਾਉਂਦੇ ਹਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਿਯੁਕਤ ਜਾਂਚ ਕਮਿਸ਼ਨ ਦੀ ਰਿਪੋਰਟ ਵਿੱਚ ਪ੍ਰਬੰਧ ਸੰਬੰਧੀ ਜੋ ਕਮੀਆਂ ਪੇਸ਼ੀਆਂ ਵੱਲ ਸੰਕੇਤ ਦਿੱਤਾ ਗਿਆ
उन्हां त्रुटियां नूं दूर किया जाएगा ताकि अगे तो इस प्रबंध नूं होर वधेरे सुचारू ढंग नाल चलाया जा सके। इस नाल संबंधित किसी भी दोषी नूं बख्शिया नहीं जाएगा। यह भी फैसला लिया है कि अज मौजूदा अहुदेदार अते अंतर कमेटी के मैंबर साहबान श्री अकाल तख्त साहब के 18 सितंबर नूं सन्मुख हो के अपनी खिमा जाचना करनगे। मैं ये भी बेनती करांगा कि जिहड़े जांच कमेटी के विच साडे मुलाजम जिहड़े आए ने और उन्होंने भी श्री अकाल तख्त साहब के उत्ते पेश हो के अपनियां गलतियां बयान करनिया चाहिए गुरु के सन्मुख हो के हाजर नाल समझ के अपनी सच्चाई है जिहड़ी वो लोगों सामने बयान कर। जांच कमेटी रिपोर्ट सानू सारे दे दिती गई है, तुसी सारे ने पढ़ लेनी है। वो जिहड़े गुरु महाराज के पावन सरूप सन संगतां नू दिते गए ने, सारे इत्थों गए ने, वो रिकॉर्ड के विच जिहड़ियां उन्होंने कट किया गया जां अणगहलियां कीतियां ने। और मैं समझदा कि 2018-2015 नू पावन सरूप स्टोर विच नहीं बल्कि 328 पावन सरूप घट पाए गए। अपनी जाँच दे विच उन्होंने लिखिया, तुसी सारे ने पढ़ लेना है। ये पावन सरूप होर संबंधित कर्मचारियों की मिली भुगत नाल बाहर संगतां नूं दिते गए। इन्हां दी बनदी भेटा ट्रस्ट फंडां विच जमा नहीं कराई, ये ना ही इन्हां सरूपां दा बिल कटिया। ये पूरी तरह ये रिपोर्ट विच लिखिया देखो इस ਕਵਲਜੀਤ ਵੱਲੋਂ ਤੋਂ ਜਨਤਕ ਕੀਤਾ ਜਾ ਰਿਹਾ, ਉਹਦੇ 'ਚ 80 ਸਰੂਪ ਦਾ ਜ਼ਿਕਰ ਹੈ। ਡਾਕਟਰ ਰੂਪ ਸਿੰਘ ਤੱਕ ਦੇ ਸੈਨ ਨੇ ਉੱਥੇ ਸਾਰੇ ਅਧਿਕਾਰੀਆਂ ਦੇ, ਉਹ ਕੀ ਕਰਦੇ? ਸੋ ਇਹ ਤਾਂ ਡਾਕਟਰ ਰੂਪ ਸਿੰਘ ਹੀ ਦੱਸ ਸਕਦਾ ਹੈ। ਜੋ ਸਾਡੇ ਕੋਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆ ਰਿਪੋਰਟ ਆਈ ਹੈ, ਹਾਂਜੀ, ਇਹ ਰਿਪੋਰਟ ਦੇ ਮੁਤਾਬਕ ਹੀ ਸਾਰੇ ਅਸੀਂ ਫੈਸਲੇ ਕੀਤੇ ਨੇ। ਇਸ ਰਿਪੋਰਟ ਦੇ ਮੁਤਾਬਕ ਹੀ ਜਿੰਨੇ ਇਹਦੇ ਵਿੱਚ ਦੋਸ਼ੀ ਪਾਏ ਗਏ ਨੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਜਿੰਨੀ ਅਸੀਂ ਆਪਣੇ ਨਿਯਮਾਂ ਅਨੁਸਾਰ ਔਰ ਸਜ਼ਾ ਦੇ ਸਕਦੇ ਸੀ ਉਹ ਇਹਨਾਂ ਨਿਯਮਾਂ ਅਨੁਸਾਰ ਅਸੀਂ ਸਜ਼ਾ ਦਿੱਤੀ ਹੈ। ਜਾਂਚ ਕਮੇਟੀ ਨੂੰ ਜਿਹੜੀ ਦਸਤਾਵੇਜ਼ ਉਹ ਨਹੀਂ ਦਿਖਾਇਆ ਗਿਆ ਜੀ ਅਸੀਂ ਸਰੂਪ ਵਾਲਾ ਜਿਹੜੇ ਅਸੀਂ ਸਰੂਪ ਦੇ ਸੰਸਕਾਰ ਕੀਤਾ ਸਾਨੂੰ ਦੇਖੋ, ਅਸੀਂ ਆ ਜਾਂਚ ਕਮੇਟੀ ਦੇ ਉੱਤੇ ਸਾਰੇ ਫੈਸਲੇ ਕਰਨੇ ਨੇ। ਜੋ ਵੀ ਇਹਦੇ ਵਿੱਚ ਲਿਖਿਆ ਤੁਹਾਡੇ ਸਾਹਮਣੇ ਆ ਜਾਣਾ, ਤੁਸੀਂ ਸਾਰੇ ਨੇ ਪੜ੍ਹਨਾ। ਫੌਜਦਾਰੀ ਪਰਚੇ ਕਰਨ ਦੀ ਗੱਲ ਕੀਤੀ ਸੀ ਪਿਛਲੀ ਐਚਆਈਟੀ ਕਮੇਟੀ 'ਚ ਕਿ ਉਹ ਚੋਣ ਉੱਤੇ ਫੌਜਦਾਰੀ ਪਰਚੇ ਹੋ ਰਹੇ ਆ। ਦੇਖੋ ਅਸੀਂ ਸ਼੍ਰੋਮਣੀ ਕਮੇਟੀ ਆਪਣੇ ਆਪ ਬਹੁਤ ਸਮਰੱਥ ਹੈ, ਆਪਣੇ ਆਪ ਸਜ਼ਾ ਵੀ ਦੇ ਸਕਦੀ ਹੈ ਨਿਸਮਾਂ ਅਨੁਸਾਰ ਔਰ ਧਾਰਮਿਕ ਤੌਰ 'ਤੇ ਵੀ ਸਜ਼ਾ ਦਿੱਤੀ ਜਾਂਦੀ ਹੈ। ਅਸੀਂ ਨਹੀਂ ਚਾਹੁੰਦੇ ਕਿ ਕੋਈ ਬਾਹਰਲੀ ਲੋਕ ਆ ਕੇ ਇਹਦੇ ਵਿੱਚ ਦਖਲਅੰਦਾਜ਼ੀ ਕਰਨ, ਭਾਵੇਂ ਕੋਈ ਵੀ ਹੋਵੇ। ਆਪਣੇ ਕੋਲ ਐਸ ਜੀ ਪੀ ਸੀ ਕੋਈ ਐਡੀ ਏਜੰਸੀ ਨਹੀਂ ਹੈਗੀ ਪੁੱਛਤਾਛ ਕਰਨ ਵਾਲੀ, ਜੇ FIR ਨਹੀਂ ਹੋਊਗੀ ਤਾਂ ਸੱਚ।